ਹਾਂਜੀ ਵੈਲਕਮ ਕਰਦੇ ਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਜਾਰੀ ਕੀਤੇ ਗਏ ਨਵੇਂ ਨੋਟੀਫਿਕੇਸ਼ਨ ਦੀ ਜਾਣਕਾਰੀ ਲੈ ਕੇ ਹੋ ਗਏ ਆਂ ਹਾਜ਼ਰ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਦਵਾਂਗੇ ਨਾਲ ਦੀ ਨਾਲ ਰਿਕੁਐਸਟ ਹੈ ਜਿਹੜੇ ਬੱਚੇ ਪਹਿਲੀ ਵਾਰ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਵੋ ਆਪਣੀ ਐਮ ਪੀ ਐਚ ਡਬਲਯੂ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਵਾਲੀਆਂ ਵੀਡੀਓਜ਼ ਲਗਾਤਾਰ ਅਪਲੋਡ ਹੋ ਰਹੀਆਂ ਨੇ ਟਾਈਮਿੰਗ ਦੁਪਹਿਰ 12:30 ਸ਼ਾਮ 4 ਅਤੇ ਰਾਤ ਨੂੰ 7 ਵਜੇ ਹੁੰਦੀ ਹੈ ਸੋ ਉਹਨਾਂ ਨੂੰ ਜ਼ਰੂਰ ਦੇਖਿਆ ਕਰੋ ਸੋ ਕਾਫੀ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਨੇ ਕਿ ਜਿਹੜਾ MP HW ਕੰਪੀਟੀਟਿਵ ਐਗਜ਼ਾਮ ਹੋਣਾ ਵਾ ਇਹ ਕਿਹੜੀ ਲੈਂਗੁਏਜ ਦੇ ਵਿੱਚ ਹੋਣਾ ਇਹ ਵੀ ਪੰਜਾਬੀ ਦੇ ਵਿੱਚ ਹੀ ਹੋਊਗਾ ਜੀ ਕਿਉਂਕਿ ਪਿਛਲਾ ਪੇਪਰ ਵੀ ਪੰਜਾਬੀ ਦੇ ਵਿੱਚ ਹੋਇਆ ਸੀ ਸੋ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਉਸ ਨੋਟੀਫਿਕੇਸ਼ਨ ਦੇ ਉੱਪਰ ਜਿਹੜਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਨਵਾਂ ਜਾਰੀ ਕੀਤਾ ਗਿਆ ਵਾ ਐਗਜ਼ਾਮ ਡੇਟ ਦੇ ਸਬੰਧ ਦੇ ਵਿੱਚ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਕਰਾਂਗੇ ਐਮ ਪੀ ਐਚ ਡਬਲਯੂ ਦੇ ਰਿਜ਼ਲਟ ਦੀ ਗੱਲਬਾਤ ਹਾਂਜੀ ਅੱਜ ਆਪਾਂ ਜਿਹੜੇ ਨੋਟੀਫਿਕੇਸ਼ਨ ਦੀ ਗੱਲ ਕਰਨ ਜਾ ਰਹੇ ਆ ਇਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵੱਲੋਂ 17 ਤਰੀਕ ਨੂੰ ਜਾਰੀ ਕੀਤਾ ਗਿਆ ਆ ਸੋ ਇਹਦੇ ਵਿੱਚ ਨੋਟੀਫਿਕੇਸ਼ਨ ਚ ਤੁਸੀਂ ਦੇਖ ਸਕਦੇ ਹੋ ਕਿ ਥਿਸ ਇਜ਼ ਫਾਰ ਇਨਫੋਰਮੇਸ਼ਨ 올 ਦਾ ਕੈਂਡੀਡੇਟਸ ਹੂ ਹੈਵ ਅਪਲਾਈਡ ਫਾਰ ਰਿਕਰੂਟਮੈਂਟ ਟੂ ਵੇਰੀਅਸ ਪੈਰਾਮੈਡੀਕਲ ਪੋਸਟਸ ਅੰਡਰ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੇਰੀਟੀ ਸਾਇੰਸ ਮੋਹਾਲੀ ਐਂਡ ਪੰਜਾਬ ਲੈਂਗੁਏਜ ਪੰਜਾਬੀ ਲੈਂਗੁਏਜ ਟੈਸਟ ਵਾਸ ਕਨਸੈਪਟ ਬਾਏ ਦਾ ਯੂਨੀਵਰਸਿਟੀ 17 ਨੂੰ ਜਿਹੜਾ ਪੰਜਾਬੀ ਦਾ ਪੇਪਰ ਲਿਆ ਗਿਆ ਸੀ ਐਸ ਪਰ ਪੰਜਾਬ ਗਵਰਨਮੈਂਟ ਇਨਸਟਰਕਸ਼ਨਸ ਦਾ ਕੈਂਡੀਡੇਟ ਹੂ ਵਿਲ ਕੁਆਲੀਫਾਈਂਗ ਦਾ ਪੰਜਾਬੀ ਲੈਂਗੁਏਜ ਟੈਸਟ ਬਿਲ ਵੀ ਐਲੀਜੀਬਲ ਫਾਰ ਦਾ competitive exam the competitive exam for following various paramedical posts under punjab institute clever and biliary science mohali theek hai ji 22 tarikh nu jehda competitive exam ha oh 22 tarikh nu liya ja raha kehdiya kehdiya post wale bachyan da niche aap dekhde ha number 1 te hega ji jinna ne staff nurse da exam ha ਨੰਬਰ 2 ਤੇ ਰੇਡੀਓਗ੍ਰਾਫਰ ਨੰਬਰ 3 ਤੇ OT A ਨੰਬਰ 4 ਤੇ ਐਨੇਸਥੀਆ ਟੈਕਨੀਸ਼ੀਅਨਸ ਨੰਬਰ 5 ਤੇ ਲੈਬ ਟੈਕਨੀਸ਼ੀਅਨਸ ਅਤੇ ਨੰਬਰ 6 ਤੇ ਕਲਰਕ ਸੋ ਆ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਬੱਚਿਆਂ ਦਾ ਇਹਨਾਂ ਦਾ ਪੰਜਾਬੀ ਦੇ ਪੇਪਰ ਦੇ ਵਿੱਚੋਂ ਜਿਹੜੇ ਕੁਆਲੀਫਾਈ ਹੋ ਗਏ ਨੇ ਉਹਨਾਂ ਦਾ ਜਿਹੜਾ ਇਹਨਾਂ ਪੋਸਟਾਂ ਵਾਲੇ ਬੱਚਿਆਂ ਦਾ 22 ਤਰੀਕ ਨੂੰ ਐਗਜ਼ਾਮ ਲਿਆ ਜਾ ਰਿਹਾ ਵਾ ਨਾਲ ਇੰਪੋਰਟੈਂਟ ਇਨਫੋਰਮੇਸ਼ਨ ਆ ਕਿ ਦਾ ਵੈਨਿਊ ਐਂਡ ਟਾਈਮਿੰਗ ਆਫ ਦਾ ਐਗਜ਼ਾਮ ਵਿਲ ਬੀ ਡਿਸਪਲੇਡ ਔਨ ਦਾ ਐਡਮਿਟ ਕਾਰਡ ਥਿਸ ਐਡਮਿਟ ਕਾਰਡ ਕਮ ਰੋਲ ਨੰਬਰ ਵਿਲ ਬੀ ਅਵੇਲੇਬਲ ਔਨ ਦਾ ਯੂਨੀਵਰਸਿਟੀ ਵੈਬਸਾਈਟ ਠੀਕ ਹੈ ਜੀ ਸ਼ਾਰਟਲੀ ਸੋ ਜਿਹੜਾ ਐਡਮਿਟ ਕਾਰਡ ਦੇ ਉੱਤੇ ਵੈਨਿਊ ਦਿੱਤਾ ਹੋਊਗਾ ਐਡਮਿਟ ਕਾਰਡ ਸ਼ਾਰਟਲੀ ਵੈਬਸਾਈਟ ਦੇ ਉੱਤੇ ਅਪਲੋਡ ਹੋ ਜਾਣਗੇ ਸੋ ਇਹ ਬੱਚੇ ਆਪਣੀ ਤਿਆਰੀ ਖੇਚ ਲੈਣ ਦੀ ਸਟਾਫ ਨਰਸ ਰੇਡੀਓਗ੍ਰਾਫਰ ਓਟੀ ਐਨਸਥੀਆ ਟੈਕਨੀਸ਼ੀਅਨਸ ਲੈਬ ਟੈਕਨੀਸ਼ੀਅਨਸ ਅਤੇ ਕਲਰਕ ਜਿਨ੍ਹਾਂ ਨੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕੀਤਾ ਉਹਨਾਂ ਦਾ ਜਿਹੜਾ ਕੰਪੀਟੀਟਿਵ ਐਗਜ਼ਾਮ ਹੈ ਉਹ 22 ਤਰੀਕ ਨੂੰ ਹੋਣ ਜਾ ਰਿਹਾ 22 12 2023 ਨੂੰ ਫਰਾਈਡੇ ਵਾਲੇ ਦਿਨ ਠੀਕ ਹੈ ਸੋ ਹੁਣ ਆਪਾਂ ਗੱਲ ਕਰਦੇ ਆ ਰਿਜ਼ਲਟ ਦੀ ਜਿਹੜਾ ਐਮ ਪੀ ਐਚ ਡਬਲਯੂ ਜਾਂ ਹੋਰ ਪੋਸਟਾਂ ਦੇ ਲਈ ਜਿਹੜਾ ਰਿਜ਼ਲਟ ਪੇਪਰ ਲਿਆ ਗਿਆ ਵਾ ਪੰਜਾਬੀ ਦਾ ਉਹਦਾ ਰਿਜ਼ਲਟ ਦਾ ਹਲੇ ਕੋਈ ਵੀ ਨੋਟੀਫਿਕੇਸ਼ਨ ਨਾ ਜਿਹੜਾ ਵੈਬਸਾਈਟ ਦੇ ਉੱਤੇ ਨਹੀਂ ਆਇਆ ਹੈਗਾ ਜਿੱਦਾਂ ਹੀ ਕੋਈ ਨੋਟੀਫਿਕੇਸ਼ਨ ਆਉਂਦਾ ਪੰਜਾਬੀ ਦੇ ਪੇਪਰ ਦਾ ਆਪਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰ ਦਵਾਂਗੇ ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟ ਆ ਰਹੇ ਆ ਕਿ ਕਿੱਦਾਂ ਰਿਜ਼ਲਟ ਡਾਊਨਲੋਡ ਕਰੀਏ ਕਿੱਥੋਂ ਰਿਜ਼ਲਟ ਦੇਖੀਏ ਸੋ ਹਾਲੇ ਵੈਬਸਾਈਟ ਦੇ ਉੱਤੇ ਕੋਈ ਵੀ ਰਿਜ਼ਲਟ ਦੇ ਰਿਗਾਰਡਿੰਗ ਆਫੀਸ਼ੀਅਲ ਨੋਟੀਫਿਕੇਸ਼ਨ ਨਹੀਂ ਆਇਆ ਕੱਲ ਤੱਕ 18 ਤਰੀਕ ਤੱਕ ਇਤਰਾਜ਼ ਜਮ੍ਹਾਂ ਕਰਨ ਦੀ ਕੱਲ ਕੱਲ ਦਿਨ ਸੀਗਾ ਸੋ 1-2 ਦਿਨਾਂ ਦੇ ਵਿੱਚ ਅੱਜ ਰਾਤ ਕੱਲ ਜਾਂ ਪਰਸੋ ਥੋੜੇ ਦਿਨਾਂ ਦੇ ਵਿੱਚ ਜਿਹੜਾ ਰਿਜ਼ਲਟ ਆ ਉਹ ਦੇਖਣ ਨੂੰ ਮਿਲ ਜੂਗਾ ਸੋ ਜਿੱਦਾਂ ਹੀ ਕੋਈ ਅਪਡੇਟ ਆਉਂਦੀ ਆ ਆਪਾਂ ਤੁਹਾਨੂੰ ਇਨਫੋਰਮ ਕਰ ਦਵਾਂਗੇ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਸੋ ਐਮਪੀਐਚ ਡਬਲਯੂ ਜਿਹੜੇ ਕੰਪੀਟੀਟਿਵ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਆ ਬੱਚੇ ਉਹ ਵੀਡੀਓਜ਼ ਜ਼ਰੂਰ ਦੇਖਿਆ ਕਰੋ ਆਪਣੀਆਂ ਸੋ ਮਿਲਦੇ ਆਂ ਨੈਕਸਟ ਵੀਡੀਓ ਚ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ